ਹੈਲੋ ਡੀਅਰ ਸਟੂਡੈਂਟਸ ਬਹੁਤ ਹੀ ਪਿਆਰੇ ਬੱਚਿਓ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਬੇਟਾ ਆਪਾਂ ਪੰਜਾਬ ਬਾਰੇ ਪੜ ਰਹੇ ਸੀ ਅੱਜ ਆਪਾਂ ਪੰਜਾਬ ਦੇ ਭਾਗ ਨੰਬਰ 8 ਦੇ ਵਿੱਚ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਕੁਝ ਪੜਾਂਗੇ ਸੋ ਬੇਟਾ ਇੱਕ ਚੀਜ਼ ਹੋਰ ਧਿਆਨ ਚ ਰੱਖਿਓ ਵੀ ਇਹ ਜਿਹੜਾ ਪੰਜਾਬ ਬਾਰੇ ਆਪਾਂ ਪੜ ਰਹੇ ਹਾਂ ਭੂਗੋਲਿਕ ਵਿਸ਼ੇਸ਼ਤਾਵਾਂ ਪੜਾਂਗੇ ਇਹ ਸਾਡੇ ਮੌਜੂਦਾ ਪੰਜਾਬ ਦੀ ਗੱਲ ਨਹੀਂ ਕਰ ਰਹੇ ਅਸੀਂ ਇਹ 1947 ਤੋਂ ਪਹਿਲਾਂ ਦੇ ਪੰਜਾਬ ਦੀ ਗੱਲ ਕਰਾਂਗੇ ਆ ਸਾਰਾ ਜਿਹੜਾ ਮਹਾਪੰਜਾਬ ਸੀ ਜਿਹੜਾ 1947 ਤੋਂ ਵੰਡ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਸੀ ਸਾਡਾ ਉਸ ਦੀ ਗੱਲ ਕਰਾਂਗੇ ਉਹ ਪੰਜਾਬ ਜਿਹੜਾ ਸਿੰਧ ਦਰਿਆ ਤੋਂ ਲੈ ਕੇ ਜਮੁਨਾ ਦਰਿਆ ਦੇ ਵਿਚਾਲੇ ਫੈਲਿਆ ਹੋਇਆ ਸੀ ਉਸ ਬਾਰੇ ਆਪਾਂ ਗੱਲ ਕਰਾਂਗੇ ਸੋ ਆਓ ਅੱਜ ਆਪਾਂ ਉਸ ਦੀਆਂ ਪੰਘੋਲੀਕ ਵਿਸ਼ੇਸ਼ਤਾਵਾਂ ਬਾਰੇ ਕੁਝ ਗਿਆਨ ਹਾਸਲ ਕਰੀਏ ਪੰਜਾਬ ਦੀਆਂ ਪੰਘੋਲੀਕ ਵਿਸ਼ੇਸ਼ਤਾਵਾਂ ਅਸੀਂ ਉਸ ਪੰਜਾਬ ਦਾ ਅਧਿਐਨ ਕਰ ਰਹੇ ਹਾਂ ਜਿਹੜਾ ਸਿੰਧ ਦਰਿਆ ਅਤੇ ਜਮੁਨਾ ਦੇ ਵਿਚਕਾਰ ਤਿਕੋਣੀ ਧਰਤੀ ਦਾ ਟੁਕੜਾ ਹੈ ਆ ਦੇਖੋ ਜੀ ਆ ਤੁਹਾਡੇ ਕੋਲੇ ਮੈਪ ਦੇ ਵਿੱਚ ਆ ਗਿਆ ਆ ਸਾਡੇ ਕੋਲੇ ਆ ਗਿਆ ਸਿੰਧ ਦਰਿਆ ਆ ਸਿੰਧ ਦਰਿਆ ਹੈ ਜਿਹੜਾ ਜਿਹਨੂੰ ਅੱਜ ਕੱਲ ਆਪਾਂ ਪਾਕਿਸਤਾਨ ਦਾ ਬਾਰਡਰ ਬੋਲਦੇ ਨੇ ਅਫਗਾਨਿਸਤਾਨ ਨਾਲ ਉਹ ਉਹਨਾਂ ਦੀ ਜਾਂਦਾ ਆ ਰਿਹਾ ਜੀ ਸਾਡਾ ਸਿੰਧ ਦਰਿਆ ਇਧਰੋਂ ਸਾਡੇ ਕੋਲੇ ਆ ਰਿਹਾ ਜਮੁਨਾ ਦਰਿਆ ਇਸ ਦਰਿਆ ਦੇ ਵਿਚਕਾਰਲੀ ਜਿਹੜੀ ਭੂਮੀ ਆ ਆਪਾਂ ਬੇਟਾ ਉਸ ਬਾਰੇ ਗੱਲ ਕਰ ਰਹੇ ਹਾਂ ਉਹ ਸਾਡਾ ਪੰਜਾਬ ਹੈ ਜੋ ਪ੍ਰਾਤਨ ਪੰਜਾਬ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੀਆਂ ਭੂਗੋਲਿਕ ਵਿਸ਼ੇਸ਼ਨਾਵਾਂ ਦੀ ਗੱਲ ਕਰ ਰਹੇ ਹਾਂ ਕਿਹੜਾ ਜਿਹੜਾ ਸਿੰਧ ਦਰਿਆ ਤੇ ਜਮੂਨਾ ਦਰਿਆ ਦੇ ਵਿਚਕਾਰ ਫੈਲਿਆ ਹੋਇਆ ਜ਼ਮੀਨ ਦਾ ਇੱਕ ਵੱਡਾ ਭੂਪਾਗ ਹੈ ਤੇ ਕੋਨਾ ਭੂਪਾਗ ਹੈ ਉਸ ਦੀਆਂ ਭੂਗੋਲਿਕ ਵਿਸ਼ੇਸ਼ਨਾਵਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰ ਰਹੇ ਹਾਂ ਹੁਣ ਇਸ ਪੰਜਾਬ ਦੇ ਵਿੱਚ ਦੇਖੋ ਇਹ ਸਾਡਾ ਪੰਜਾਬ ਹੈ ਜਿਹੜਾ ਇੱਥੇ ਪਹਾੜੀ ਖੇਤਰ ਵੀ ਹੈ ਮੈਦਾਨੀ ਖੇਤਰ ਵੀ ਹੈ ਸੋ ਹਰ ਇੱਕ ਤਰ੍ਹਾਂ ਦਾ ਖੇਤਰ ਰਿਪਾਇਆ ਜਾਂਦਾ ਹੈ ਪੰਜਾਬ ਦੇ ਧਰਾਤਲ ਵਿੱਚ ਸਾਨੂੰ ਕੁਦਰਤ ਦਾ ਹਰ ਨੂਰ ਵੇਖਣ ਨੂੰ ਮਿਲਦਾ ਹੈ ਕੁਦਰਤ ਨੇ ਬਹੁਤ ਮਿਹਰ ਮਿਹਰ ਰੱਖੀ ਹੈ ਪੰਜਾਬ ਦੇ ਉੱਤੇ ਬਹੁਤ ਹੀ ਸੁੰਦਰ ਵਿਸ਼ਾਲ ਉਪਜਾਊ ਭੂਮੀ ਹੈ ਇਸ ਪੰਜਾਬ ਦੀ ਪੰਜਾਬ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਹੈ ਜਿਸ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਟਕੀਆਂ ਰਹਿੰਦੀਆਂ ਹਨ ਜਿਸ ਦੀਆਂ ਬਰਫ਼ ਨਾਲ ਟਕੀਆਂ ਚੋਟੀਆਂ ਆਸਮਾਨ ਨੂੰ ਛੁੰਦੀਆਂ ਨਜ਼ਰ ਆਉਂਦੀਆਂ ਹਨ ਇਹ ਬਟਾ ਹਿਮਾਲਿਆ ਪਰਬਤ ਹੈ ਪੰਜਾਬ ਲਈ ਇੱਕ ਬਹੁਤ ਵੱਡਾ ਵਰਦਾਨ ਹੈ ਕੁਦਰਤ ਦਾ ਵੀ ਇਸ ਦੇ ਉੱਤਰ ਵਾਲੇ ਪਾਸੇ ਇੱਕ ਵਿਸ਼ਾਲ ਪਰਬਤ ਲੜੀ ਹੈ ਜਿਸ ਨੂੰ ਅਸੀਂ ਹਿਮਾਲਿਆ ਪਰਬਤ ਬੋਲਦੇ ਹਾਂ ਇਹਦੀਆਂ ਜਿਹੜੀਆਂ ਬਰਫ਼ ਨਾਲ ਟਕੀਆਂ ਹੋਈਆਂ ਚੋਟੀਆਂ ਨੇ ਅਸਮਾਨ ਨੂੰ ਛੂੰਹਦੀਆਂ ਨਜ਼ਰ ਆਉਂਦੀਆਂ ਨੇ ਤੇ ਇਹਦਾ ਜਿਹੜਾ ਫਾਇਦਾ ਹੈ ਪੰਜਾਬ ਦੇ ਵਾਤਾਵਰਣ ਦੇ ਉੱਤੇ ਪੰਜਾਬ ਦੇ ਮੌਸਮ ਦੇ ਉੱਤੇ ਬਹੁਤ ਠੁਕਮਾ ਅਸਰ ਪੈਂਦਾ ਹੈ ਆ ਦੇਖੋ ਤੁਹਾਡੇ ਸਾਹਮਣੇ ਆ ਗਿਆ ਵਿਸ਼ਾਲ ਹਿਮਾਲਿਆ ਪਰਬਤ ਕਿੰਨਾ ਸੁੰਦਰ ਦ੍ਰਿਸ਼ ਹੈ ਬਰਫ਼ ਨਾਲ ਟਕੀਆਂ ਹੋਈਆਂ ਚੋਟੀਆਂ ਅਸਮਾਨ ਨੂੰ ਛੂਰੀਆਂ ਨੇ ਇਹ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾਇਆ ਹੋਇਆ ਹੈ ਇਹ ਸਾਰਾ ਹਿਮਾਲਿਆ ਪਰਬਤ ਦੀ ਦੀਨ ਹੈ ਇਸ ਤੋਂ ਇਲਾਵਾ ਦੇਖੋ ਕਿੰਨਾ ਸੁੰਦਰ ਦ੍ਰਿਸ਼ ਹੈ ਪੰਜਾਬ ਦੀਆਂ ਨਹਿਰਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇੱਥੇ ਵਗਣ ਵਾਲੀਆਂ ਕਲਕਲ ਕਰਦੀਆਂ ਨਦੀਆਂ ਪੰਜਾਬ ਦੇ ਨਿਖਾਰ ਨੂੰ ਚਾਰ ਚੰਨ ਲਾ ਦਿੰਦੀਆਂ ਹਨ ਦੇਖੋ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਗੱਲ ਕਰਦੀਆਂ ਪੰਜ ਦਰਿਆਵਾਂ ਦੀ ਧਰਤੀ ਸੋ ਉਹ ਦਰਿਆਵਾਂ ਦੇ ਕਾਰਨ ਹੀ ਪੰਜਾਬ ਇੰਨਾ ਉਪਜਾਊ ਧਰਤੀ ਹੈ ਇੰਨਾ ਸੁੰਦਰ ਮਨਮੋਹਕ ਧਰਤੀ ਪੰਜਾਬ ਬਣਿਆ ਹੋਇਆ ਹੈ ਆ ਦੇਖੋ ਪੰਜਾਬ ਦੇ ਖੇਤ ਲਹਿਲਾਉਂਦੇ ਖੇਤ ਨੇ ਪੰਜਾਬ ਦੇ ਪੰਜਾਬ ਦੇ ਮੈਦਾਨਾਂ ਵਿੱਚ ਲਹਿਲਾਉਂਦੇ ਖੇਤਾਂ ਨੂੰ ਦੇਖ ਕੇ ਦਿਲ ਖੁਸ਼ੀ ਨਾਲ ਝੂਮੜਦਾ ਹੈ ਦੇਖੋ ਕਿੰਨੇ ਸੋਹਣਾ ਖੇਤ ਲੱਗ ਰਹੇ ਨੇ ਹਰੀਆਲੀ ਨਾਲ ਭਰੇ ਹੋਏ ਪਾਣੀ ਲੱਗਿਆ ਵਾ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਇਹ ਪੰਜਾਬ ਦੇ ਮੈਦਾਨਾਂ ਵਿੱਚ ਲਹਿਲਾਉਂਦੇ ਜਿਹੜੇ ਖੇਤ ਨੇ ਇਹ ਦਿਲ ਨੂੰ ਖੁਸ਼ ਕਰ ਦਿੰਦੇ ਨੇ ਦਿਲ ਝੂਮੜਦਾ ਹੈ ਅਸਲ ਵਿੱਚ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਆਪਣੇ ਆਪ ਵਿੱਚ ਇੱਕ ਅਜਿਹੇ ਹੁਸਨ ਨੂੰ ਸਮੇਟਿਆ ਹੋਇਆ ਹੈ ਜਿਸ ਨੇ ਕਵੀਆਂ ਦੀ ਕਲਪਨਾ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ ਬਟਾ ਪੰਜਾਬ ਇੱਕ ਬਹੁਤ ਹੀ ਸੋਹਣਾ ਦੇਸ਼ ਹੈ ਪੰਜਾਬ ਦੇ ਉੱਤੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਕਵੀਆਂ ਦੁਆਰਾ ਸੋ ਸਾਰਾ ਇਸ ਦੀਆਂ ਪੰਗੋਲੀਕ ਵਿਸ਼ੇਸ਼ਤਾਵਾਂ ਕਰਕੇ ਜਿਦੇ ਵਿੱਚ ਪਹਾੜ ਵੀ ਨੇ ਮੈਦਾਨ ਵੀ ਨੇ ਨਹਿਰਾ ਵੀ ਨੇ ਸੋ ਇਹ ਸਾਰਾ ਕੁਝ ਪੰਜਾਬ ਦੀ ਧਰਤੀ ਨੂੰ ਬੜਾ ਹੀ ਮਨਮੋਹਕ ਸੁੰਦਰ ਤੇ ਉਪਜਾਊ ਬਣਾਉਂਦਾ ਹੈ ਪੰਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੇ ਵਾ ਪੰਗੋਲਿਕ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਿੰਨ ਭਾਗਾਂ ਵਿੱਚ ਉਰੇ ਯਾਦ ਰੱਖਣਾ ਬੇਟਾ ਸਾਡੇ ਪੰਜਾਬ ਤੋਂ ਭਾਵ ਅਸੀਂ 1947 ਤੋਂ ਪਹਿਲਾਂ ਵਾਲੇ ਪੰਜਾਬ ਦੀ ਗੱਲ ਕਰ ਰਹੇ ਹਾਂ ਅਣ ਵੰਡੇ ਹੋਏ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਹੜਾ ਸਿੰਧ ਦਰਿਆ ਤੋਂ ਲੈ ਕੇ ਜਮਨਾ ਦਰਿਆ ਦੇ ਵਿਚਕਾਰਲੀ ਇੱਕ ਭੂਮੀ ਦਾ ਵਿਸ਼ਾਲ ਟੁਕੜਾ ਹੈ ਉਹ ਤਿੰਨ ਭਾਗ ਕਿਹੜੇ-ਕਿਹੜੇ ਨੇ ਹਿਮਾਲਿਆ ਅਤੇ ਉੱਤਰ ਪੱਛਮੀ ਪਰਬਤ ਲੜੀਆਂ ਪਹਿਲਾ ਭਾਗ ਦੂਸਰਾ ਹੈ ਅਰਧ ਪਹਾੜੀ ਖੇਤਰ ਤੀਸਰਾ ਹੈ ਮੈਦਾਨੀ ਖੇਤਰ ਇਹ ਤਿੰਨ ਭਾਗ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਵੰਡਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੇਟਾ ਹਿਮਾਲਿਆ ਅਤੇ ਉੱਤਰ ਪੱਛਮੀ ਪਰਬਤ ਲੜੀ ਪੰਜਾਬ ਦੇ ਉੱਤਰ ਦੇ ਵਿੱਚ ਪੰਜਾਬ ਦੇ ਉੱਤਰ ਪੱਛਮ ਦੇ ਵਿੱਚ ਕੀ ਹੈ ਜੀ ਵਿਸ਼ਾਲ ਹਿਮਾਲਿਆ ਪਰਬਤ ਹੈ ਹਿਮਾਲਿਆ ਪਹਿਲਾਂ ਹਿਮਾਲਿਆ ਦੀ ਗੱਲ ਕਰੀਏ ਹਿਮਾਲਿਆ ਤੋਂ ਭਾਵ ਹੈ ਹਿਮ ਅਤੇ ਆਲਿਆ ヒਮਨੀ ਦੇ برفਦਾਕਰ ਇਹ ਯਾਦ ਰੱਖਾ ਹਿਮਾਲਿਆ ਦਾ ਕੀ ਭਾਵ ਹੈ برفਦਾਕਰ ਇੱਕ ਸ਼ਾਰਟ ਕੁਐਸਚਨ ਹੈ ਇੱਕ ਨੰਬਰ ਦਾ ਕੁਐਸਚਨ ਹੈ ਇਹ ਹਿਮਾਲਿਆ ਤੋਂ ਕੀ ਭਾਵ ਹੈ برفਦਾਕਰ ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ ਪੰਜਾਬ ਦੇ ਉੱਤਰ ਵਾਲੇ ਪਾਸੇ ਕੀ ਹੈ ਹਿਮਾਲਿਆ ਪਰਬਤ ਹੈ ਇਸ ਦੇ ਪੱਛਮ ਤੋਂ ਪੂਰਬ ਵੱਲ ਲੰਬਾਈ ਲਗਭਗ 2400 ਕਿਲੋਮੀਟਰ ਅਤੇ ਉੱਤਰ ਤੋਂ ਦੱਖਣ ਵੱਲ ਚੌੜਾਈ ਲਗਭਗ 250 ਕਿਲੋਮੀਟਰ ਹੈ ਬੇਟਾ ਹਿਮਾਲਿਆ ਪਰਬਤ ਇੰਨਾ ਵਿਸ਼ਾਲ ਹੈ ਦੇਖੋ ਜੇ ਆਪਾਂ ਪੂਛਮ ਦਿਸ਼ਾ ਤੋਂ ਲੈ ਕੇ ਪੂਰਬ ਵਿਚਾਨੇ ਵੱਲ ਨੂੰ ਚੱਲੀਏ ਆ ਦੇਖੋ ਇਹ ਉਰੋਂ ਤੋਂ ਲੈ ਕੇ ਜੇ ਆਪਾਂ ਚੱਲੀਏ ਪੂਰਬਗੰਨੀ ਨੂੰ ਜਾਈਏ ਔਰ ਨਾਚਲ ਪ੍ਰਦੇਸ਼ ਤੱਕ ਚਾਈਏ ਤਾਂ ਕਹਿੰਦਾ ਇਹਦੀ ਲਗਭਗ ਲੰਬਾਈ 2400 ਕਿਲੋਮੀਟਰ ਹੈ ਜੇ ਅਸੀਂ ਉੱਪਰ ਤੋਂ ਲੈ ਕੇ ਉੱਤਰ ਤੋਂ ਲੈ ਕੇ ਦੱਖਣ ਕਲੇ ਨੂੰ ਜਾਨੇ ਤਾਂ ਸਟਾਰਟਿੰਗ ਦੇ ਵਿੱਚ ਇਹਦੀ ਲੰਬਾਈ ਚੌੜਾਈ ਲਗਭਗ ਹੋ ਜਾਂਦੀ ਹੈ 320 ਕਿਲੋਮੀਟਰ ਫਿਰ ਹੌਲੀ 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 ਘਟਦੀ ਜਾਂਦੀ ਹੈ ਆਸਾਮ ਵਾਲੇ ਪਾਸੇ ਜਾ ਕੇ ਲਗਭਗ 240 250 ਕਿਲੋਮੀਟਰ ਰਹਿ ਜਾਂਦੀ ਹੈ ਸੋ ਇਸ ਤਰ੍ਹਾਂ ਇਹਦੀ ਚੌੜਾਈ ਲ ਤੇ ਲੰਬਾਈ ਲਗਭਗ 2400 ਕਿਲੋਮੀਟਰ ਹੈ ਸੰਸਾਰ ਦੀ ਸਭ ਤੋਂ ਉੱਚੀ ਪਹਾੜ ਚੋਟੀ ਉਹਦਾ ਨਾਮ ਕੀ ਹੈ ਮਾਉਂਟ ਐਵਰੇਸਟ ਉਹ ਵੀ ਹਿਮਾਲਿਆ ਪਰਬਤ ਵਿੱਚ ਸਥਿਤ ਹੈ ਬੇਟਾ ਇਸੇ ਪਰਬਤ ਦੇ ਵਿੱਚ ਸਥਿਤ ਹੈ ਜਿਹਦੀ ਅੱਪਾ ਗੱਲ ਕਰ ਰਹੇ ਆ ਚੋਟੀ ਦਾ ਨਾਮ ਕੀ ਹੈ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਮਾਉਂਟ ਐਵਰੇਸਟ ਇਸ ਚੋਟੀ ਦੀ ਉਚਾਈ 8848 ਮੀਟਰ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਮਾਉਂਟ ਐਵਰੇਸ ਦੀ ਹਾਈਟ ਕਿੰਨੀ ਹੈ 8848 ਮੀਟਰ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ ਮਾਉਂਟ ਐਵਰੇਸ ਕਿੱਥੇ ਹੈ ਹਿਮਾਲਿਆ ਪਰਬਤ ਦੇ ਵਿੱਚ ਹੈ ਇਹ ਬੇਟਾ ਹਿਮਾਲਿਆ ਪਰਬਤ ਦੇ ਨੇਪਾਲ ਵਾਲੇ ਭਾਗ ਦੇ ਵਿੱਚ ਆਉਂਦੀ ਹੈ ਪਰ ਆਪਾਂ ਹੁਣ ਪੰਜਾਬ ਦੀ ਸਥਿਤੀਆਂ ਵਿੱਚ ਗੱਲ ਕਰ ਰਹੇ ਹਾਂ ਤਾਂ ਹਿਮਾਲਿਆ ਪਰਬਤ ਦੇ ਵਿੱਚ ਆਪਾਂ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਬਾਰੇ ਗਿਆਨ ਪ੍ਰਾਪਤ ਕੀਤਾ ਉਹਦਾ ਨਾਮ ਹੈ ਮਾਉਂਟ ਐਵਰੇਸਟ ਹਾਈਟ ਹੈ ਦੀ 8848 ਮੀਟਰ ਹਿਮਾਲਿਆ ਪਰਬਤ ਦੀਆਂ ਸਾਰੀਆਂ ਪਹਾੜੀਆਂ ਦੀ ਉਚਾਈ ਇੱਕ ਸਾਰ ਨਹੀਂ ਹੈ ਉਚਾਈ ਦੇ ਲਿਹਾਜ਼ ਨਾਲ ਹਿਮਾਲਿਆ ਪਰਬਤ ਦੀਆਂ ਤਿੰਨ ਸ਼੍ਰੇਣੀਆਂ ਹਨ ਬੇਟਾ ਮਾਊਂਟੇਨਸ ਕੋਈ ਉੱਚੀ ਹੈ ਕੋਈ ਨੀਵੀਂ ਹੈ ਹਰ ਇੱਕ ਬਰਾਬਰ ਦੀ ਹਾਈਟ ਨਹੀਂ ਹੈ ਤੋ ਇਸ ਕਰਕੇ ਆਪਾਂ ਉਚਾਈ ਦੀ ਗੱਲ ਕਰੀਏ ਉਚਾਈ ਦੇ ਲਿਹਾਜ਼ ਨਾਲ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਕਾਫੀ ਇੰਪੋਰਟੈਂਟ ਹੈ ਉਹ ਸ਼੍ਰੇਣੀਆਂ ਦੇ ਨਾਮ ਤੁਹਾਡੇ ਸਾਹਮਣੇ ਆ ਰਹੇ ਨੇ ਸਭ ਤੋਂ ਪਹਿਲਾ ਆ ਗਿਆ ਜੀ ਵਿਸ਼ਾਲ ਹਿਮਾਲਿਆ ਵਿਸ਼ਾਲ ਹਿਮਾਲਿਆ ਦੇ ਵਿੱਚ ਜਿਹੜੀਆਂ ਪਹਾੜੀਆਂ ਪਾਈਆਂ ਜਾਂਦੀਆਂ ਨੇ ਉਹਦੀ ਔਸਤ ਉਚਾਈ 20000 ਫੁੱਟ ਤੱਕ ਹੈ ਵਿਸ਼ਾਲ ਹਿਮਾਲਿਆ ਦੀ ਇਹ ਉੱਚ ਪਹਾੜੀਆਂ ਦੀ ਉਚਾਈ ਕਿੰਨੀ ਹੈ ਲਗਭਗ 20000 ਫੁੱਟ ਤੱਕ ਫਿਰ ਜਿਹੜਾ ਮੱਧ ਹਿਮਾਲਿਆ ਹੈ ਇਹਦੀ ਔਸਤ ਉਚਾਈ ਹੈ 6000 ਤੋਂ ਲੈ ਕੇ 7000 ਫੁੱਟ ਤੱਕ ਦੀਆਂ ਇਹ ਸੁੰਨੀਆਂ ਪਹਾੜੀਆਂ ਪਾਈਆਂ ਦੀਆਂ ਉੱਚੀਆਂ ਫਿਰ ਸਾਡੇ ਕੋਲੇ ਆ ਗਿਆ ਬਾਹਰੀ ਹਿਮਾਲਿਆ ਇਹਦੀ ਔਸਤ ਉਚਾਈ ਹੈ 4000 ਤੋਂ ਲੈ ਕੇ 5000 ਫੁੱਟ ਤੱਕ ਰੀਆਂ ਇਥੋਂ ਦੀਆਂ ਪਹਾੜੀਆਂ ਪਈਆਂ ਜਾਂਦੀਆਂ ਨੇ ਬੇਟਾ ਹਿਮਾਲਿਆ ਪਰਬਤ ਦੀਆਂ ਚੋਟੀਆਂ ਆਪਾਂ ਪਹਿਲਾਂ ਵੀ ਦੇਖ ਕੇ ਆਏ ਆ ਬਰਫ਼ ਨਾਲ ਸਾਰਾ ਸਾਲ ਲਗ ਭਕਟਾਈ ਰਹਿੰਦੀਆਂ ਰਹਿੰਦੀਆਂ ਨੇ ਇੱਥੇ ਬਹੁਤ ਹੀ ਜਿਹਨੂੰ ਕਹਿੰਦੇ ਨੇ ਵੀ ਬੜੇ ਸੁੰਦਰ ਮਨਮੋਹਕ ਸਥਾਨ ਬਸੇ ਹੋਏ ਨੇ ਜਿੱਥੇ ਸੈਲਾਨੀ ਹਰ ਸਾਲ ਘੁੰਮਣ ਫਿਰਨ ਵੀ ਜਾਂਦੇ ਨੇ ਇਹ ਹੈ ਸਾਡੇ ਹਿਮਾਲਿਆ ਪਰਬਤ ਦੀਆਂ ਕੁਝ ਵਿਸ਼ੇਸ਼ਤਾਵਾਂ ਜੋ ਪੰਜਾਬ ਦੇ ਲਈ ਇੱਕ ਵਰਦਾਨ ਸਾਬਤ ਹੋਇਆ ਸਦੀਆਂ ਤੋਂ ਸੋ ਅੱਜ ਆਪਾਂ हिमालय पर्वत ਦੇ ਬਾਰੇ ਕੁਝ ਜਾਣਕਾਰੀ ਹਾਸਲ ਕੀਤੀ ਜੋ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ ਉਸ ਦਾ ਪੰਜਾਬ ਨੂੰ ਕੀ ਫਾਇਦੇ ਨੇ ਇਹ ਵੀ ਆਪਾਂ ਕੁਝ ਦੇਖਿਆ ਵੀ ਪੰਜਾਬ ਨੂੰ ਸਦੀਆਂ ਤੋਂ ਹੀ ਉਸ ਨੇ ਪੰਜਾਬ ਦੀ ਧਰਤੀ ਨੂੰ ਪਾਣੀ ਨਾਲ ਭਰਿਆ ਰੱਖਿਆ ਹੈ ਹਰੇ ਭਰੇ ਰੱਖਿਆ ਹੈ ਹਨਾ ਉੱਥੇ ਸਾਰਾ ਸਾਲ ਵਗਣ ਵਾਲੀਆਂ ਨਹਿਰਾਂ ਵਹਿਦੀਆਂ ਨੇ ਬੜੇ ਮਨੋਹਕ ਹਨਾ ਉੱਥੋਂ ਦੇ ਦ੍ਰਿਸ਼ ਨੇ ਇਹ ਸਾਰਾ ਕੁਝ ਸਾਨੂੰ ਹਿਮਾਲਿਆ ਪਰਬਤ ਨੇ ਦਿੱਤਾ ਹੈ ਸੋ ਇਸ ਦੇ ਅਗਲੇ ਭਾਗਾਂ ਦੇ ਵਿੱਚ ਆਪਾਂ ਹਿਮਾਲਿਆ ਪਰਬਤ ਦੀਆਂ ਉਸ ਦੀਆਂ ਉੱਤਰ ਪੱਛਮ ਦੀਆਂ ਪਹਾੜੀਆਂ ਬਾਰੇ ਪੜਾਂਗੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਅੱਜ ਸਾਡੇ ਪੁਰਾਤਨ ਪੰਜਾਬ ਬਾਰੇ ਕੁਝ ਪੰਗੋਲਿਕ ਗਿਆਨ ਹੋਇਆ ਹੋਊਗਾ ਇਸ ਗਿਆਨ ਨੂੰ ਆਪਾਂ ਅਗਲੀ ਵੀਡੀਓ ਵਿੱਚ ਹੋਰ ਅੱਗੇ ਬਤਾਵਾਂਗੇ ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਪਲੀਜ਼ ਟੇਕ ਕੇਅਰ ਓਫ ਯੂਰselves ਥੈਂਕ ਯੂ